ਇਹ ਮਿਤੀ 14/6/2024 ਨੂੰ ਸਾਡੇ ਬਰਨਾਲਾ ਦੇ ਇੱਕ ਸ਼੍ਰੀ ਕਮਲ ਜਿੰਦਲ ਨੇ, ਜਿਹੜੇ ਕਿ ਇੱਥੇ ਜਿਨ੍ਹਾਂ ਦਾ ਫੁੱਟਵੇਅਰ ਦਾ ਬਿਜ਼ਨਸ ਹੈਗਾ, ਉਹਨਾਂ ਨੂੰ ਇੱਕ ਬਾਹਰਲੇ ਨੰਬਰ ਤੋਂ ਵਟਸਐਪ ਦੇ ਉੱਤੇ ਧਮਕੀ ਭਰੇ ਮੈਸੇਜ ਅਤੇ ਧਮਕੀ ਭਰੀਆਂ ਕਾਲਾਂ ਆਈਆਂ ਸੀ, ਜਿਹਦੇ ਵਿੱਚ ਉਹਨਾਂ ਤੋਂ ਕਾਫੀ ਵੱਡੀ ਰਕਮ 1.5 ਕਰੋੜ ਦੇ ਕਰੀਬ ਜਿਹੜਾ ਫਰੌਤੀ ਦੀ ਮੰਗ ਕੀਤੀ ਗਈ। ਥੋੜ੍ਹੇ ਟਾਈਮ ਬਾਅਦ ਫਿਰ ਇਹ ਧਮਕੀਆਂ ਚੱਲਦੀਆਂ ਰਹੀਆਂ ਅਤੇ ਪਹਿਲਾਂ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਨਹੀਂ ਦਿੱਤੀ। ਜਦੋਂ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਅਸੀਂ ਮੁਕੱਦਮਾ ਨੰਬਰ 305 ਮਿਤੀ 21/6/2024 ਅਧੀਨ ਧਾਰਾ 384-387 ਅਨਨੋਨ ਵਿਅਕਤੀਆਂ ਦੇ ਖਿਲਾਫ਼ ਜਿਹੜਾ ਦਰਜ ਕੀਤਾ। ਸੋ ਉਦੋਂ ਤੋਂ ਹੀ ਮਾਣਯੋਗ SSP ਬਰਨਾਲਾ ਸ਼੍ਰੀ ਸੰਦੀਪ ਕੁਮਾਰ ਮਲਿਕ IPS, ਮਾਣਯੋਗ SPD ਬਰਨਾਲਾ ਸ਼੍ਰੀ ਸੰਦੀਪ ਸਿੰਘ ਮੰਡ BPS ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸੀ, ਜਿਹਦੇ ਵਿੱਚ ਸਾਡੇ ਥਾਣਾ ਸਿਟੀ ਬਰਨਾਲਾ ਦੇ ਮੁੱਖ ਅਫਸਰ ਇੰਸਪੈਕਟਰ ਬਲਜੀਤ ਸਿੰਘ ਅਤੇ CIA ਦੇ ਇੰਚਾਰਜ, ਉਹ ਅੱਜ ਇੱਥੇ ਹੈ ਨਹੀਂ ਕਿ ਕਿਸੇ ਐਮਰਜੈਂਸੀ ਕਰਕੇ, ਇੰਸਪੈਕਟਰ ਬਲਜੀਤ ਸਿੰਘ, ਇਹਨਾਂ ਦੇ ਅਧੀਨ ਵੱਖ ਵੱਖ ਟੀਮਾਂ ਬਣਾ ਕੇ ਮੁਕੱਦਮਾ ਦੀ ਜਿਹੜੀ ਹੈ ਤਫਤੀਸ਼ ਸ਼ੁਰੂ ਕੀਤੀ ਗਈ ਅਤੇ ਮਦਈ ਪਾਰਟੀ ਦੇ ਨਾਲ ਤਾਲਮੇਲ ਕਰਕੇ ਉਹਨਾਂ ਨੂੰ ਅੱਗੇ ਜਿਹੜੀ ਉਹਨਾਂ ਦੀ ਗੱਲਬਾਤ ਫਿਰੌਤੀ ਮੰਗਣ ਵਾਲਿਆਂ ਨਾਲ ਚੱਲ ਰਹੀ ਸੀ ਉਹਨੂੰ ਚਲਾਇਆ ਗਿਆ ਇੱਕ ਕੰਟਰੋਲ ਓਪਰੇਸ਼ਨ ਦੇ ਅਧੀਨ, ਜਿਹਦੇ ਵਿੱਚ ਫਿਰ ਜਿਹੜੀ ਦੋਸ਼ੀ ਪਾਰਟੀ ਸੀ ਉਹਨਾਂ ਨਾਲ ਫਾਈਨਲੀ ਗੱਲ ਹੋਈ। ਉਹਨਾਂ ਨੇ ਕਿਹਾ ਕਿ ਤੁਸੀਂ 50 ਲੱਖ ਰੁਪਈਆ ਸਾਨੂੰ ਬਰਨਾਲੇ ਜਿਹੜਾ ਕੈਸ਼ ਦੇ ਵਿੱਚ ਹੈਂਡਓਵਰ ਕਰੋ। ਅਤੇ ਸੋ ਇੱਕ ਸੀਕ੍ਰੇਟ ਓਪਰੇਸ਼ਨ ਚਲਾਉਂਦੇ ਹੋਏ CIA ਬਰਨਾਲਾ ਅਤੇ ਥਾਣਾ ਸਿਟੀ ਬਰਨਾਲਾ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਅਸੀਂ ਸੀਕ੍ਰੇਟ ਓਪਰੇਸ਼ਨ ਦੇ ਅਧੀਨ ਹੀ ਵੱਖ ਵੱਖ ਜੋ ਨੋਟਾਂ ਦੀ ਨਕਲੀ ਨੋਟਾਂ ਦੀਆਂ ਗੁੱਠੀਆਂ ਬਣਾ ਕੇ ਉਹਦੇ ਉੱਤੇ ਅਸਲੀ ਨੋਟ ਅੱਗੇ ਪਿੱਛੇ ਲਾ ਕੇ ਤਿਆਰ ਕਰਕੇ ਕੀਤਾ ਗਿਆ। ਅਤੇ ਜਿਹੜੇ ਦੋ ਇਹਦੇ 'ਚ ਵਿਅਕਤੀ ਸਾਨੂੰ ਜਿਹੜਾ ਇਹਨਾਂ ਤੋਂ ਲੈਣ ਆਏ ਸੀ ਕੈਸ਼ ਪੇਮੈਂਟ, ਉਹਨਾਂ ਦੋਨਾਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਦੀ ਪਛਾਣ ਬਾਅਦ ਦੇ ਵਿੱਚ ਵਿਸ਼ਾਲਜੀਤ ਸਿੰਘ, ਵਿਸ਼ਾਲਜੀਤ ਸ਼ਰਮਾ ਉਰਫ ਵਿੱਕੀ ਡਾਲਰ ਵਾਸੀ ਰਾਏਕੋਟ ਅਤੇ ਪਰਮਜੀਤ ਸਿੰਘ ਹੈਪੀ ਵਾਸੀ ਗੋਂਦਵਾਲ ਲੁਧਿਆਣਾ ਹੋਈ। ਅਤੇ ਫਰਦਰ ਫਿਰ ਤਕਨੀਕੀ ਅਤੇ ਹਿਊਮਨ ਇੰਟੈਲੀਜੈਂਸ ਦੇ ਨਾਲ ਇਹ ਮੁਕੱਦਮੇ ਨੂੰ ਅੱਗੇ ਫਰਦਰ ਤੋਰਦੇ ਹੋਏ ਇਹ ਗੱਲ ਸਾਹਮਣੇ ਆਈ ਆ ਕਿ ਜਿਹਦੇ 'ਚ ਦੋ ਅਸੀਂ ਇਹ ਦੋਸ਼ੀ ਹੋਰ ਆਈਡੈਂਟੀਫਾਈ ਕੀਤੇ ਆ ਕਿ ਜਿਹੜੀਆਂ ਇਹ ਕਾਲਾਂ ਨੇ ਇਹ ਕੈਨੇਡਾ ਦੇ ਵਿੱਚੋਂ ਗੁਰਦੀਪ ਸਿੰਘ ਸ਼ੇਰਗਿੱਲ ਵਾਸੀ ਰਾਮਨਗਰ ਛੰਨਾ ਜ਼ਿਲ੍ਹਾ ਸੰਗਰੂਰ ਹਾਲ ਕੈਨੇਡਾ, ਜੋ ਕਿ ਟੋਰਾਂਟੋ ਬਰੈਂਪਟਨ 'ਚ ਰਹਿ ਰਿਹਾ, ਅਤੇ ਦੂਜਾ ਦੋਸ਼ੀ ਮਨਜਿੰਦਰ ਸਿੰਘ ਵਾਸੀ ਦਦਾਰਗੜ੍ਹ ਥਾਣਾ ਧੂਰੀ ਜ਼ਿਲ੍ਹਾ ਸੰਗਰੂਰ, ਇਹ ਵੀ ਉੱਥੇ ਕੈਨੇਡਾ ਦੇ ਵਿੱਚ ਰਹਿ ਰਿਹਾ, ਦੋਨੇ ਕੈਨੇਡਾ 'ਚ ਰਹਿ ਰਹੇ ਨੇ। ਇਹਨਾਂ ਵੱਲੋਂ ਇਹ ਕਾਲਾਂ ਕੀਤੀਆਂ ਗਈਆਂ ਸੀ। ਅਤੇ ਫਰਦਰ ਸਾਡੇ ਕੋਲ ਇਹ ਵੀ ਧਿਆਨ 'ਚ ਆਇਆ ਕਿ ਜਿਹੜਾ ਮਨਜਿੰਦਰ ਸਿੰਘ ਵਾਸੀ ਦਦਾਰਗੜ੍ਹ ਹੈ, ਇਹ ਮਦਈ ਮੁਕੱਦਮਾ ਕਮਲ ਜਿੰਦਲ ਦੀ ਜਿਹੜੀ ਫੁੱਟਵੇਅਰ ਦੀ ਦੁਕਾਨ ਹੈ ਉਹਦੇ ਉੱਤੇ ਪਹਿਲਾਂ ਕੰਮ ਵੀ ਕਰਦਾ ਸੀ, ਜਿਹਦੇ ਕਰਕੇ ਇਹਨੂੰ ਇਹਨਾਂ ਦੀ ਫੈਮਿਲੀ ਬਾਰੇ, ਫੈਮਿਲੀ ਦੇ ਮੈਂਬਰਸ ਬਾਰੇ, ਇਹਨਾਂ ਦੇ ਬਿਜ਼ਨਸ ਬਾਰੇ ਉਹ ਜਾਣਕਾਰੀ ਸੀ। ਅਤੇ ਉਹ ਜਾਣਕਾਰੀ ਵਰਤ ਕੇ ਹੀ ਇਹ ਇਹਨਾਂ ਨੂੰ ਧਮਕੀ ਭਰੇ ਜਿਹੜੇ ਮੈਸੇਜ ਜਾਂ ਕਾਲਾਂ ਕਰ ਰਹੇ ਸੀ ਕਿ ਸਾਨੂੰ ਪਤਾ ਹੈ ਤੇਰੇ ਬੱਚੇ ਕਿੱਥੇ ਪੜ੍ਹਦੇ ਨੇ, ਤੇਰਾ ਕਿੱਥੇ ਕੰਮ ਕਰ ਰਿਹਾ, ਤੇਰਾ ਇਹ ਨੁਕਸਾਨ ਹੋਏਗਾ। ਸੋ ਇਹ ਜਿਹੜੇ ਦੋਸ਼ੀ ਅਸੀਂ ਇਹਨਾਂ ਨੂੰ, ਅਤੇ ਉਹ ਜਾਣਕਾਰੀ ਵਰਤ ਕੇ ਹੀ ਇਹ ਇਹਨਾਂ ਨੂੰ ਧਮਕੀ ਭਰੇ ਜਿਹੜੇ ਮੈਸੇਜ ਜਾਂ ਕਾਲਾਂ ਕਰ ਰਹੇ ਸੀ ਕਿ ਸਾਨੂੰ ਪਤਾ ਹੈ ਤੇਰੇ ਬੱਚੇ ਕਿੱਥੇ ਪੜ੍ਹਦੇ ਨੇ, ਤੇਰਾ ਕਿੱਥੇ ਕੰਮ ਕਰ ਰਿਹਾ, ਤੇਰਾ ਇਹ ਨੁਕਸਾਨ ਹੋਏਗਾ। ਸੋ ਇਹ ਜਿਹੜੇ ਦੋ ਦੋਸ਼ੀ, ਇਹਨਾਂ ਨੂੰ ਵੀ ਅਡੀਸ਼ਨਲ ਜੋ ਦੋਸ਼ੀ ਅਸੀਂ ਇਹਨਾਂ ਨੂੰ ਵੀ ਨਾਮਜ਼ਦ ਕਰ ਰਹੇ ਹਾਂ ਅਤੇ ਇਹਨਾਂ ਦਾ ਅਸੀਂ LOC ਜਾਰੀ ਕਰਾਵਾਂਗੇ ਸੋ ਦੈਟ ਇਹਨਾਂ ਨੂੰ ਕਾਬੂ ਕੀਤਾ ਜਾ ਸਕੇ। ਅਤੇ ਜਿਹੜੇ ਦੋਸ਼ੀ ਪਹਿਲਾਂ ਅਸੀਂ ਗ੍ਰਿਫਤਾਰ ਕੀਤੇ ਨੇ, ਵਿਸ਼ਾਲਜੀਤ ਸ਼ਰਮਾ ਵਾਸੀ ਰਾਏਕੋਟ ਅਤੇ ਪਰਮਜੀਤ ਸਿੰਘ ਵਾਸੀ ਗੋਂਦਵਾਲ, ਇਹਨਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਗਿਆ। ਇਹਨਾਂ ਦੇ ਉੱਤੋਂ ਕੋਲੋਂ ਜਿਹੜੀ ਫਰਦਰ ਜਿਹੜੀ ਪੁੱਛਗਿੱਛ ਜਾਰੀ ਆ, ਜਿਹੜੀ ਹੁਣ ਤੱਕ ਦੀ ਬਰਾਮਦਗੀ ਆ ਉਹਦੇ ਵਿੱਚ ਇੱਕ ਜਿਹੜੀ ਇਹ ਕਰੇਟਾ ਕਾਰ ਜਿਹਦੇ ਵਿੱਚ ਇਹ ਫਰੌਤੀ ਦੀ ਰਕਮ ਵਸੂਲ ਕਰਨ ਆਏ ਸੀ,
ਜਿਹਦੇ ਤੇ ਨਾਲ ਇੱਕ ਬੈਗ ਜਿਹਦੇ 'ਚ 500-500 ਰੁਪਏ ਦੀਆਂ ਗੁੱਟੀਆਂ ਜਿਹੜੀਆਂ ਬਣੀਆਂ ਹੋਈਆਂ ਉਹ ਬਰਾਮਦ ਕੀਤਾ ਗਿਆ। ਜੋ ਹੁਣ ਤੱਕ ਸਾਹਮਣੇ ਆਇਆ ਕਿ ਜਿਹੜੇ ਦੋਨੋਂ ਦੋਸ਼ੀ ਨੇ ਉੱਥੇ ਸਟੂਡੈਂਟ ਵੀਜ਼ਾ 'ਤੇ ਗਏ ਹੋਏ ਨੇ, ਪਰ ਇਹਨਾਂ ਦਾ ਕਿਸੇ ਕਹਿ ਆਇਆ, ਇਹਨਾਂ ਨੇ ਸਿਰਫ ਜੋ ਅੱਜ ਕੱਲ੍ਹ ਮਾਹੌਲ ਚੱਲ ਰਿਹਾ ਕਿ ਗੈਂਗਸਟਰ ਦੇ ਨਾਂ 'ਤੇ ਧਮਕੀ ਦੇ ਕੇ, ਕਿਉਂਕਿ ਜਿਹੜਾ ਮਨਜਿੰਦਰ ਸਿੰਘ ਉਹ ਇਹਨਾਂ ਦੀ ਦੁਕਾਨ 'ਤੇ ਜੋਬ ਕਰਦਾ ਰਿਹਾ ਸੀ, ਉਹਨੂੰ ਇਹਨਾਂ ਬਾਰੇ ਜਾਣਕਾਰੀ ਸੀ, ਇਹਨਾਂ ਨੇ ਇੱਕ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਸ਼ੈਤਾਨੀ ਕਰਕੇ ਇਹਨਾਂ ਦੇ ਨਾਲ ਇਹੋ ਜਿਹਾ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਇਹਨਾਂ ਦੀ ਜਿਹੜੀ ਉਹ ਗੱਲਬਾਤ ਚੱਲ ਰਹੀ ਸੀ, ਉਹਨਾਂ ਨੇ ਪਹਿਲਾਂ ਕੁਛ ਹੋਰ ਤਰ੍ਹਾਂ ਵੀ ਕੈਨੇਡਾ ਦੇ ਅਕਾਊਂਟ ਨੰਬਰ ਵਗੈਰਾ ਦੇ ਕੇ ਵੀ ਕੋਸ਼ਿਸ਼ ਕੀਤੀ ਸੀ ਕਿ ਇੱਥੇ ਸਾਨੂੰ ਪੈਸੇ ਪਾ ਦਿੱਤੇ ਜਾਣ, ਬਟ ਉਹਦੇ ਵਿੱਚ ਕੁਛ ਜਿਹੜੇ ਕਿ ਫਾਈਨੈਂਸ਼ੀਅਲ ਰੈਗੂਲੇਸ਼ਨਸ ਨੇ ਉਹਦੀ ਪ੍ਰੋਬਲਮ ਆ ਰਹੀ ਸੀ, ਜਿਹਦੇ ਕਰਕੇ ਉਹਨੇ ਇਹਦਾ ਇਹਨਾਂ ਨੂੰ ਨੰਬਰ ਦਿੱਤਾ ਗਾ। ਪਹਿਲਾਂ ਪਰਮਜੀਤ ਸਿੰਘ ਜਿਹੜਾ ਗੋਂਦਵਾਲ ਦਾ ਹੈਗਾ, ਉਹਦਾ ਨੰਬਰ ਇਹਨਾਂ ਨੇ ਮਦਈ ਮੁਕੱਦਮਾ ਨਾਲ ਸ਼ੇਅਰ ਕੀਤਾ ਸੀ। ਜਦੋਂ ਪਰਮਜੀਤ ਸਿੰਘ ਨੇ ਕੰਟੈਕਟ ਕੀਤਾ ਅਤੇ ਉਹ ਬਰਨਾਲੇ ਆਏ ਅਤੇ ਦੋਨੇ ਜਣੇ ਪਰਮਜੀਤ ਸਿੰਘ ਅਤੇ ਵਿਸ਼ਾਲ ਜੀ ਅਤੇ ਅਸੀਂ ਫੜ ਲਏ ਨੇ, ਅਤੇ ਬਾਕੀ ਇਹਨਾਂ ਤੋਂ ਫਰਦਰ ਪੁੱਛਗਿੱਛ ਚੱਲ ਰਹੀ ਹੈ ਕਿ ਇਹਨਾਂ ਦਾ ਅੱਗੇ ਕਿਵੇਂ ਲਿੰਕ ਸੀ ਉਹਦੇ।